ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੇ BSF ਦੇ ਸੈਕਟਰ ਗੁਰਦਾਸਪੁਰ ਅਧੀਨ ਪੈਂਦੀ 113 ਬਟਾਲੀਅਨ ਦੇ ਜਵਾਨ ਵੱਲੋਂ ਅੱਜ ਆਪਣੀ ਹੀ ਰਾਈਫਲ ਦੇ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਗਈ ਹੈ। BSF ਦੀ 113 ਬਟਾਲੀਅਨ ਦੀ BOP ਆਬਾਦ ਵਿਖੇ ਜਵਾਨ ਤੈਨਾਤ ਸੀ। ਮ੍ਰਿਤਕ BSF ਦੇ ਜਵਾਨ ਦੀ ਪਹਿਚਾਣ ਰਾਜਵੀਰ ਸਿੰਘ ਵਾਸੀ ਸੁਨੱਖਾ ਵਾਸੀ ਕਠੂਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ BSF ਦਾ ਜਵਾਨ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ 1 ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ਤੋਂ ਇਹ ਵਾਪਸ ਆਇਆ ਸੀ ਅਤੇ ਉਕਤ ਨੌਜਵਾਨ 2014 ਦੇ ਵਿੱਚ ਭਰਤੀ ਹੋਇਆ ਸੀ। ਜਾਣਕਾਰੀ ਮੁਤਾਬਕ ਅਜੇ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਭਰਾ ਵੀ ਹੈ। ਇਸ ਸਾਰੇ ਮਾਮਲੇ ਸੰਬੰਧੀ ਚੌਂਕੀ ਧਰਮਕੋਟ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਹੋਰ ਜਾਣਕਾਰੀ ਦਿੱਤੀ। ਜਿਹੜਾ ਸਵੇਰੇ ਕੋਈ 7:30 ਮੁੱਖ ਅਫਸਰ ਥਾਣਾ ਦਾ ਫੋਨ ਆਇਆ ਸੀ ਵੀ ਇੱਕ BSF 113 ਬਟਾਲੀਅਨ ਆ ਪੋਸਟ ਬਾਅਦ ਉੱਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਅਤੇ ਆਪਣੀ ਆਤਮ ਹੱਤਿਆ ਕਰ ਲਈ ਆ। ਮੌਕੇ 'ਤੇ ਗਏ ਹਾਂ, ਮੌਕੇ 'ਤੇ ਪਤਾ ਲੱਗਾ ਵੀ ਕਾਂਸਟੇਬਲ ਰਾਜਵੀਰ ਸਿੰਘ 113 ਬਟਾਲੀਅਨ 'ਚ ਲੱਗਾ ਹੈ। ਇਹ ਸਵੇਰੇ 6:30 ਇਹਦੇ ਨਾਲ ਏ ਸੀ ਦੇਵੀ ਸਿੰਘ ਖੁਰਾ ਚੈਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤਾਰਾਂ ਚੱਕ ਕੇ ਵਾਪਸ ਆ ਰਿਹਾ ਸੀ। ਜਦ ਉੱਥੋਂ ਵਾਪਸ ਤਕਰੀਬਨ ਕੁਝ 7:30 ਕਰੀਬ 7:40 'ਤੇ ਵਾਪਸ ਆਉਂਦਿਆਂ ਦੇਵੀ ਸਿੰਘ ਨਾਲ ਪਿਸ਼ਾਬ ਕਰਨਾ ਰੁਕ ਗਿਆ ਅਤੇ ਕੁਛ ਚਿਰ ਬਾਅਦ ਆਪਣੀ ਰੈਫਲ ਵਾਸ ਨਾਲ ਆਪਣੇ ਆਪ ਨੂੰ ਹੀ ਇਹਨੇ 2 ਗੋਲੀਆਂ ਮਾਰ ਦੀਆਂ ਜਿਹਦੇ ਨਾਲ ਮੌਕੇ 'ਤੇ ਮੌਤ ਹੋ ਗਈ ਹੈ। ਅਤੇ ਫਿਲਹਾਲ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ, 174 ਦੀ ਕਾਰਵਾਈ ਅਮਲ 'ਚ ਲਿਆਉਂਦੀ ਹੈ। ਸਰ ਮੌਤ ਦੇ ਕਾਰਨਾਂ ਦਾ ਪਤਾ ਲੱਗਿਆ? ਮੌਕੇ ਦਾ ਜੀ ਫਿਲਹਾਲ ਪੋਸਟਮਾਰਟਮ ਕਰਾ ਰਹੇ ਜੀ, ਉਹਦੇ ਬਾਰੇ ਕੋਈ ਉੱਚ ਕੋਈ ਲਾਗੂ ਕੋਈ ਮੋਬਾਈਲ ਵਗੈਰਾ ਕੋਈ ਚੀਜ਼ ਨਹੀਂ ਬਰਾਮਦ ਹੋਈ। ਕਿੰਨੀ ਕੁ ਸਰ ਏਜ ਹੈ ਜੀ? ਕੋਈ 26 ਦੇ ਕਰੀਬ ਹੈ ਜੀ। ਇਹ ਕਿੱਥੋਂ ਦਾ ਰਹਿਣਾ ਸਰ? ਇਹ ਹੈਗਾ ਕਠੂਆ ਪਿੰਡ, ਪੈਂਦਾ ਸੁਨੱਖਾ ਥਾਣਾ ਕਠੂਆ ਹਿਮਾਚਲ JK ਡੇਣ ਕੇ। ਸਰ ਇਹਦੇ ਜਿਹੜੇ ਪਿਛਲੇ ਵਾਰਸ ਨੂੰ ਕਰਤਾ ਵਾਰਸ ਨੂੰ ਫੋਨ ਕਰਤਾ ਜਿਹਦਾ ਕੋਈ ਇਹਦਾ 2014 'ਚ ਭਰਤੀ ਆਇਆ ਸੀ ਅਤੇ 2 ਪਹਿਲਾਂ ਇਹਦਾ ਵਿਆਹ ਆਇਆ। ਦੋ ਭਰਾ ਹੈ, ਦੋਨੇ ਪਰਿਵਾਰ ਹੈ ਫਿਲਹਾਲ ਉੱਥੇ। ਡੇਰਾ ਬਾਬਾ ਨਾਨਕ ਤੋਂ ਆਸ਼ਕ ਰਾਜ ਮਾਲਾ ਦੀ ਰਿਪੋਰਟ, ਪੰਜਾਬ ਟੂਡੇ।